ਖੰਨਾ ਪੁਲਿਸ ਦੇ ਵੱਲੋਂ ਹਨੀ ਟਰੈਪ ਦੇ ਵਿੱਚ ਫਸਾ ਕੇ ਇੱਕ ਫੌਜੀ ਤੋਂ ਤਕਰੀਬਨ 70 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਇੱਕ ਗਿਰੋਹ ਨੂੰ ਗ੍ਰਿਫਤਾਰ ਕੀਤਾ। ਜ਼ਿਕਰਯੋਗ ਹੈ ਕਿ ਖੰਨਾ ਪੁਲਿਸ ਦੇ ਵੱਲੋਂ ਇੱਕ ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ ਜੋ ਕਿ ਹਨੀ ਟਰੈਪ ਦੇ ਰਾਹੀਂ ਲੋਕਾਂ ਤੋਂ ਲੱਖਾਂ ਰੁਪਏ ਦੀ ਠੱਗੀ ਮਾਰਦੇ ਸੀ ਅਤੇ ਇਸ ਵਾਰ ਉਹਨਾਂ ਨੇ ਇੱਕ ਫੌਜੀ ਨੂੰ ਆਪਣੀ ਇਸ ਠੱਗੀ ਦਾ ਸ਼ਿਕਾਰ ਬਣਾਇਆ ਤੇ ਤਕਰੀਬਨ 70 ਲੱਖ ਰੁਪਏ ਉਸ ਤੋਂ ਲੁੱਟ ਲਏ। ਜਿਸ ਤੋਂ ਬਾਅਦ ਫੌਜੀ ਦੀ ਸ਼ਿਕਾਇਤ ਦੇ ਆਧਾਰ ਤੇ ਖੰਨਾ ਪੁਲਿਸ ਦੇ ਵੱਲੋਂ ਇਸ ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ ਗਿਆ। ਅੱਜ ਦੀ ਪ੍ਰੈਸ ਕਾਨਫਰੰਸ ਦਾ ਪਰਪਸ ਹੈ ਜੀ, ਕੱਲ DSP ਸਮਰਾਲਾ ਦੀ ਸੁਪਰਵਿਜ਼ਨ 'ਚ SHO ਮਾਛੀਵਾੜਾ ਨੇ ਇੱਕ ਕੱਲ੍ਹ ਹੀ ਕੰਪਲੇਂਟ ਮਿਲੀ ਸੀ ਜਿਹਦੇ 'ਚ ਕੱਲ੍ਹ ਇਹਨਾਂ ਨੇ ਕੇਸ ਕਰੈਕ ਕੀਤਾ। ਇਹਦੀ ਡਿਟੇਲ ਇਹ ਹੈ ਕਿ ਕੱਲ੍ਹ SHO ਮਾਛੀਵਾੜਾ ਕੋਲ ਇੱਕ ਕੰਪਲੇਨੈਂਟ ਆਇਆ ਸੀ ਜਿਹਦਾ ਨਾਮ ਨਵਦੀਪ ਸਿੰਘ ਹੈ, ਜੋ ਕਿ ਸਾਬਕਾ ਫੌਜੀ ਹੈ ਔਰ ਮਾਛੀਵਾੜੇ ਸਾਹਿਬ ਦਾ ਹੀ ਰਹਿਣ ਵਾਲਾ। ਹੀ ਸੈਡ, ਉਹਨੇ ਦੱਸਿਆ ਕਿ ਉਹਨੇ 1 ਫੈਬ ਨੂੰ ਜਗਬਾਣੀ, ਪੰਜਾਬ ਕੇਸਰੀ ਔਰ ਨਵਾਂ ਸਵੇਰਾ ਅਖਬਾਰਾਂ ਵਿੱਚ ਦੋਸਤੀ ਵਾਲੀ ਐਡਵਰਟਾਈਜ਼ਮੈਂਟ ਦਿੱਤੀ ਕਿ ਇਸ਼ਤਿਹਾਰ ਦਿੱਤਾ ਸੀ ਕਿ ਮੈਨੂੰ ਕੋਈ ਸੋਹਣੀ ਸੁਨੱਖੀ ਲੜਕੀ ਇਸ ਟਾਈਪ ਦੀ ਵੀ ਇਸ ਨੰਬਰ 'ਤੇ ਕੋਂਟੈਕਟ ਕਰੇ। ਅਤੇ 5 ਫੈਬ ਨੂੰ ਉਹਨੂੰ ਇੱਕ ਲੜਕੀ ਨੇ ਕੋਂਟੈਕਟ ਕੀਤਾ ਉਹਦੀ ਐਡਵਰਟਾਈਜ਼ਮੈਂਟ ਦੇ ਰਿਸਪੋਂਸ 'ਚ, ਜਿਹਨੇ ਆਪਣਾ ਨਾਂ ਦੱਸਿਆ ਸ਼ਵੇਤਾ ਸੈਣੀ, ਅਤੇ ਕਿ ਮੈਂ ਉਹਨੇ ਕਿਹਾ ਸੀ ਵੀ ਯੰਗ ਔਰ ਸੋਹਣੀ ਲੜਕੀ ਮੇਰੇ ਨਾਲ ਫਰੈਂਡਸ਼ਿਪ ਕਰੇ। ਅਤੇ ਉਹਨੇ ਕਿਹਾ ਕਿ ਮੇਰੀ ਉਮਰ 23 ਸਾਲ ਦੀ ਹੈ ਔਰ ਮੈਂ ਬਿਊਟੀਸ਼ੀਅਨ ਦਾ ਕੋਰਸ ਕਰਦੀ ਹਾਂ ਲੁਧਿਆਣਾ ਖਾਲਸਾ ਕਾਲਜ ਵਿੱਚ। ਅਤੇ ਇਸ ਤਰ੍ਹਾਂ ਉਹ ਦੋਨੋਂ ਮਿਲਣਾ ਸ਼ੁਰੂ ਹੋ ਗਏ ਔਰ ਪਹਿਲਾਂ ਇਹ ਮਾਛੀਵਾੜਾ ਸਾਹਿਬ 'ਚ ਮਿਲੇ, ਫਿਰ ਕਿਤੇ ਹੋਟੇਲ ਗਏ, ਕਦੇ ਕਿਤੇ ਗਏ, ਅਤੇ ਹਰ ਓਕੇਜ਼ਨ 'ਤੇ ਉਹਨੂੰ ਕੁਛ ਕੁਛ ਪੈਸੇ ਉਹਦੇ 'ਤੇ ਖਰਚਦਾ ਰਿਹਾ, ਜਿਵੇਂ ਕਦੇ ਉਹਨੂੰ ਸ਼ੋਪਿੰਗ ਕਰਾਤੀ, ਕਦੇ ਉਹਦੀ ਗਰੋਸਰੀ ਆਈਟਮ ਕੱਪੜੇ ਦਵਾਏ, ਇਸ ਤਰ੍ਹਾਂ ਦੇ ਪੈਸੇ ਉਹਦੇ 'ਤੇ ਖਰਚਦਾ ਰਿਹਾ। ਫਿਰ ਇੱਕ ਦਿਨ ਉਹਨੇ ਉਹਨੂੰ ਆਪਣੇ ਬੁਲਾਇਆ ਗੁਰਾਇਆਂ ਵਿਖੇ, ਆਪਣਾ ਫਰੈਂਡ ਦਾ ਘਰ ਕਹਿ ਕੇ 20 ਫੈਬਰਰੀ ਨੂੰ ਕਿਹਾ ਕਿ ਮੇਰੀ ਸਹੇਲੀ ਦਾ ਘਰ ਹੈ ਗੁਰਾਇਆਂ 'ਚ, ਉੱਥੇ ਉਹਨੂੰ ਬੁਲਾ ਲਿਆ ਔਰ ਉੱਥੇ ਜਦੋਂ ਉਹਨੂੰ ਲੈ ਗਈ ਆਪਣੇ ਘਰ 'ਚ, ਮਤਲਬ ਉਸ ਘਰ 'ਚ, ਅਤੇ ਉੱਥੇ ਜਾ ਕੇ ਸ਼ੀ ਕਲੇਮ ਕਿ ਮੇਰੀ ਸਹੇਲੀ ਦਾ ਘਰ ਹੈ ਜੋ ਸਾਰੇ ਵਿਆਹ 'ਤੇ ਬਾਹਰ ਗਏ ਹੋਏ ਆ। ਅਤੇ ਫਿਰ ਉਹਨੂੰ ਕੋਲਡ ਡਰਿੰਕ ਪਿਲਾਈ, ਜੋ ਇਹਨੇ ਮੁਦਈ ਨੇ ਕਿਹਾ ਕਿ ਇਟ ਵਾਜ਼ ਕੁਛ ਇੰਟੋਕਸੀਕੇਟਡ ਸੀ। ਉਹਦੇ ਬਾਅਦ ਉਹਨੂੰ ਥੋੜ੍ਹਾ ਇੱਦਾਂ ਲੱਗਣਾ ਸ਼ੁਰੂ ਹੋ ਗਿਆ ਕਿ ਮੈਨੂੰ ਕੁਝ ਨਸ਼ਾ ਟਾਈਪ ਹੋ ਗਿਆ। ਉਨੀ ਦੇਰ 'ਚ ਇੱਕ 33-32 ਸਾਲ ਦਾ ਵੀ ਮੁੰਡਾ ਉੱਥੇ ਆ ਗਿਆ ਅਤੇ ਉਹਨੇ ਆ ਕੇ ਇਹਦੀ, ਇਹਨਾਂ ਦੋਨਾਂ ਨੇ ਮਿਲ ਕੇ ਬਹੁਤ ਜ਼ਿਆਦਾ ਉਹਦੀ ਕੁੱਟਮਾਰ ਕੀਤੀ। ਅਤੇ ਉਹਦੇ ਬਾਅਦ ਉਹਦੇ ਹੀ ਸੇਸ ਕਿ ਮੇਰੇ ਉਹਦੇ ਕੱਪੜੇ ਉਤਾਰ ਕੇ ਉਹਦੀ ਵੀਡੀਓ ਬਣਾ ਲਈ, ਅਸ਼ਲੀਲ ਵੀਡੀਓ ਬਾਥਰੂਮ 'ਚ ਲਿਜਾ ਕੇ, ਅਤੇ ਉਹਦੇ ਸਾਰੇ ਜਿੰਨੇ ਵੀ ਬੈਗ 'ਚ ਦਸਤਾਵੇਜ਼ ਸੀਗੇ, ਜਿੰਨੇ ਵੀ ਡਾਕੂਮੈਂਟਸ, ਉਹਦੇ ਜੋਬ ਕਾਰਡ, ਆਧਾਰ, ATM, ਪੈਨ, ਸਾਰਾ ਕੁਛ ਉਹਦੇ ਤੋਂ ਲੈ ਗਿਆ, ਇੰਕਲੂਡਿੰਗ ਕ੍ਰੈਡਿਟ ਕਾਰਡ ਆਲਸੋ, ਮੋਬਾਈਲ ਫੋਨ, ਪਰਸ, ਪਰਸ 'ਚ ਹੀ ਸੇਸ ਕਿ 15,000 ਰੁਪਏ ਸੀਗੇ, ਉਹ ਸਾਰੇ ਉਹਦੇ ਤੋਂ ਖੋਲ੍ਹੇ। ਉਸ ਤੋਂ ਬਾਅਦ ਇਹ ਜਿਹੜੀ ਸ਼ਵੇਤਾ ਲੜਕੀ ਔਰ ਉਹ ਦੂਜਾ ਸੀਗਾ, ਇਹ ਧੱਕੇ ਨਾਲ ਇਹਨੂੰ ਕਾਰ 'ਚ ਬਿਠਾ ਕੇ ਮੋਹਾਲੀ ਫਗਵਾੜਾ ਰੋਡ 'ਤੇ ਪੈਂਦੇ ਇੱਕ SBI ਬੈਂਕ 'ਚ ਲੈ ਗਏ ਅਤੇ ਉਹਦੇ ATM 'ਚੋਂ ਵੀ 20,000 ਉਹਨਾਂ ਨੇ ਰੁਪਏ ਕਢਾ ਲਏ। ਅਤੇ ਉਸ ਟਾਈਮ ਇਹਨੇ ਸੁਣਿਆ ਕਿ ਲੜਕਾ ਜਿਹੜਾ ਸੀਗਾ ਜਿਹਨੇ ਨੇ ਕੁੱਟਿਆ ਸੀ, ਉਹ ਕੁੜੀ ਨੂੰ ਸ਼ਵੇਤਾ ਨੂੰ ਮਨਦੀਪ ਕੌਰ, ਸੋਰੀ, ਕਿਰਨਦੀਪ ਕਹਿ ਰਿਹਾ ਸੀ ਅਤੇ ਕਿਰਨਦੀਪ ਉਹਨੂੰ, ਸ਼ਵੇਤਾ ਉਹਨੂੰ ਮਨਦੀਪ ਸਿੰਘ ਕਹਿ ਰਹੀ ਸੀ, ਸੋ ਉਹਨੂੰ ਆਈਡੈਂਟੀਟੀਜ਼ ਥੋੜ੍ਹੀ ਪਤਾ ਲੱਗ ਗਈ। ਫਿਰ ਇਹਨਾਂ ਨੇ ਉਹਦੇ ਡਰਾਈਵਿੰਗ ਲਾਇਸੈਂਸ ਔਰ ਆਧਾਰ ਕਾਰਡ ਵਾਪਸ ਕਰਤਾ ਅਤੇ ਉਹਨੂੰ ਇੱਥੋਂ ਹਟਾ, ਬਾਕੀ ਸਮਾਨ ਨਹੀਂ ਦਿੱਤਾ। ਫਿਰ ਉਸ ਤੋਂ ਬਾਅਦ 22 ਫੈਬਰਰੀ ਨੂੰ ਇਹਨਾਂ ਨੇ, ਲੜਕੀ ਨੇ 4 ਵਜੇ ਉਹਨੂੰ ਬਲੈਕਮੇਲ ਕਰਨਾ ਸ਼ੁਰੂ ਕੀਤਾ ਕਿ ਜੇ ਤੂੰ ਮੈਨੂੰ 5 ਲੱਖ ਰੁਪਏ ਨਹੀਂ ਦਿੱਤੇ ਤਾਂ ਮੈਂ ਤੇਰੀ, ਅਸੀਂ ਜਿਹੜੀ ਤੇਰੀ ਵੀਡੀਓ ਬਣਾਈ ਹੈ ਅਸ਼ਲੀਲ ਨਿਊਡ ਵਾਲੀ, ਉਹ ਅਸੀਂ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਾਂਗੇ। ਅਤੇ ਇਸ ਤਰ੍ਹਾਂ ਕਿਸੇ ਤਰ੍ਹਾਂ ਉਹਨੇ ਮਤਲਬ ਨੈਗੋਸ਼ੀਏਟ ਕਰਨ ਲੱਗੇ ਅਤੇ ਫਾਈਨਲੀ ਐਗਰੀ ਹੋਇਆ ਕਿ ਚੱਲ ਅਸੀਂ ਤੈਨੂੰ ਅਰਾਊਂਡ 1,68,000 ਰੁਪਏ ਤੇਰੇ ਤੋਂ ਲੈ ਲਾਂਗੇ।
ਅਤੇ ਇਸ ਤਰ੍ਹਾਂ ਫਿਰ ਇਹਨੇ ਸਾਡੇ SHO ਮਾਛੀਵਾੜਾ ਨੂੰ ਕੰਪਲੇਂਟ ਕੀਤੀ ਅਤੇ ਇਹਨਾਂ ਨੇ ਮੁਕੱਦਮਾ ਦਰਜ ਕੀਤਾ 420 384 120 'ਚ ਥਾਣਾ ਮਾਛੀਵਾੜਾ ਸਾਹਿਬ 'ਚ। ਅਤੇ ਕੱਲ੍ਹ ਹੀ ਇਹਨਾਂ ਨੇ ਟਰੈਪ ਲਾ ਕੇ ਇਹਨੂੰ ਲੜਕੀ ਔਰ ਉਸਦੇ ਹਸਬੈਂਡ ਨੂੰ ਦੋਨਾਂ ਨੂੰ ਗ੍ਰਿਫਤਾਰ ਕੀਤਾ। ਅਤੇ ਉਹਦੇ ਬਾਅਦ ਸਾਨੂੰ ਉਹਦੇ 'ਚੋਂ ਮੋਬਾਈਲ ਫੋਨ, ਇਹਦਾ ਮੋਬਾਈਲ ਫੋਨ, ਜੋਬ ਕਾਰਡ, ਪੈਨ ਕਾਰਡ, ਵੋਟਰ ਕਾਰਡ, ਇੱਦਾਂ ਦੇ ਡਾਕੂਮੈਂਟਸ, ATM ਸਾਰਾ ਕੁਛ ਦੇ ਨਾਲ ਨਾਲ 25,000 ਰੁਪਏ ਦੀ ਵੀ ਰਿਕਵਰੀ ਕੱਲ੍ਹ ਹੀ ਕੀਤੀ ਹੈ। ਅਤੇ ਹੁਣ ਅਸੀਂ ਇਹਨਾਂ ਨੂੰ ਰਿਮਾਂਡ 'ਤੇ ਲੈ ਕੇ ਬਾਕੀ ਵੀ ਇਹਦੀ ਰਿਕਵਰੀ ਕਰਾਂਗੇ ਅਤੇ ਚੈੱਕ ਕਰਾਂਗੇ ਕਿ ਕੀ ਇਹਨਾਂ ਦਾ ਪਹਿਲਾਂ ਹੀ ਇਹ ਰੈਕਟ ਹੈ ਕਿ ਹੋਰ ਇੱਦਾਂ ਦੇ ਵੀ ਕਈ ਲੋਕਾਂ ਨੂੰ, ਮਤਲਬ ਮੇਲਸ ਨੂੰ ਇਹ ਟਰੈਪ, ਹਨੀ ਟਰੈਪ ਕਰ ਚੁੱਕੇ ਹੈ। ਔਰ ਇਸ ਪ੍ਰੈਸ ਕਾਨਫਰੰਸ ਦਾ ਇਹ ਵੀ ਪਰਪਸ ਹੈ ਕਿ ਸਾਨੂੰ ਇੱਦਾਂ ਦੇ ਜਿਹੜੇ ਸੋਸ਼ਲ ਈਵਲ ਅੱਜ ਕੱਲ੍ਹ ਚੱਲ ਰਹੇ, ਪਬਲਿਕ ਨੂੰ ਪਤਾ ਚੱਲਣਾ ਚਾਹੀਦਾ ਕਿ ਲੋਕ ਅਵੇਅਰ ਰਹਿਣ। ਜਿਵੇਂ ਇਹ ਜਿਹੜਾ ਮੁਦਈ ਹੈ, ਹੀ ਇਜ਼ ਆਲਸੋ ਮੈਰਿਡ ਮੈਨ, ਔਰ ਇਹਨੇ ਇੱਦਾਂ ਦੀ ਯੂਨੋ ਅਖਬਾਰਾਂ 'ਚ ਦਿੱਤੀ ਹੋਈ ਸੀ ਕਿ ਮੇਰੇ ਨਾਲ ਕੋਈ ਯੰਗ ਲੜਕੀ ਦੋਸਤੀ ਕਰੇ। ਆਈ ਐਮ ਸ਼ੋਰ ਇਹਦੀ ਵਾਈਫ ਨੂੰ ਵੀ ਸ਼ਾਇਦ ਨਹੀਂ ਪਤਾ ਹੋਏਗਾ। ਔਰ ਇਹ ਜਿਹੜੀ ਲੜਕਾ ਲੜਕੀ ਹੈ, ਜਿਹੜਾ ਮੈਰਿਡ ਕਪਲ, ਪਰ ਇਹ ਲੜਕੀ ਬਣ ਕੇ ਕਿ ਮੈਂ ਯੰਗ ਲੜਕੀ ਇੱਦਾਂ ਲੋਕਾਂ ਨੂੰ ਲੈ ਹਨੀ ਟਰੈਪ ਕਰਦੀ ਹੈ, ਫਿਰ ਮਾਰਕੁੱਟ ਕਰਦੇ, ਐਕਸਟੋਰਸ਼ਨ ਕਰ ਰਹੇ, ਤੋ ਇਟ ਇਜ਼ ਅ ਸੋਸ਼ਲ ਮੈਸੇਜ ਆਲਸੋ। ਇਸ ਕੇਸ 'ਚ ਜੀ 1,68,700। ਲਾਈਵ ਤੇਜ਼ ਚੈਨਲ ਦੇ ਲਈ ਜਸਵਿੰਦਰ ਜੱਸੀ ਦੀ